ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵਾਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਾਂਗੇ ਅੱਜ 30 ਜੁਲਾਈ ਦੀ ਕਿ ਅੱਜ ਸਵੇਰ ਤੋਂ ਸ਼ਾਮ ਤੱਕ ਕੀ ਮੌਸਮੀ ਹਲਚਲ ਹੋਣ ਦੀ ਸੰਭਾਵਨਾ ਹੈ ਸੋ ਇਹਦੇ ਵਿੱਚ ਪਹਿਲਾਂ ਤਾਜ਼ਾ ਸੈਟੇਲਾਈਟ ਤਸਵੀਰ ਦੇਖ ਰਹੇ ਹਾਂ ਪੰਜਾਬ ਦਾ ਮੌਸਮ ਫਿਲਹਾਲ ਠੀਕ ਠਾਕ ਬਣਿਆ ਹੋਇਆ ਸਵੇਰ ਦੇ 7 ਵਜੇ ਤੋਂ ਬਾਅਦ ਦੀ ਅਪਡੇਟ ਹੈ ਤੇ ਥੋੜੀ ਬਹੁਤ ਟੁੱਟਵੀਂ ਬੱਦਲਬਾਈ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਫਰੋਜ਼ਪੁਰ ਹੋਗੇ ਮੁgge ਜ਼ਿਲ੍ਹੇ ਦੇ ਭਾਗ ਹੋਗੇ ਜਾਂ ਕੁਝ ਭਾਗੇ ਦੇ ਵਿੱਚ ਫਾਜ਼ਿਲਕਾ ਦੇ ਆਸ-ਪਾਸ ਦੇ ਇਨ੍ਹਾਂ ਵਿੱਚ ਹਲਕੀ ਫੁਲਕੀ ਬੱਦਲਬਾਈ ਹੈ ਇੱਕ ਦੋ ਹਿੱਸਿਆਂ ਵਿੱਚ ਮੀਂਹ ਦੇ ਕਾਰਵਾਈਆਂ ਹੋਣ ਦੀ ਸੰਭਾਵਨਾ ਪਹਿਲਾਂ ਸਵੇਰ ਵੇਲੇ ਥੋੜੀ ਬਹੁਤ ਬਣੀ ਸੀ ਪਰ ਹੁਣ ਇਹ ਜਿਹੜਾ ਛੋਟਾ-ਮੋਟਾ ਬੱਦਲ ਸੀ ਵੀ ਕਮਜ਼ੋਰ ਪੈ ਗਿਆ ਤੇ ਅਗਲੇ ਘੰਟਿਆਂ ਵਿੱਚ ਮੌਸਮ ਸਾਫ਼ ਹੀ ਦੇਖਣ ਨੂੰ ਮਿਲੇਗਾ ਤੇ ਉੱਥੇ ਪੂਰਬੀ ਖੇਤਰਾਂ ਵਿੱਚ ਜਿਵੇਂ ਚੰਡੀਗੜ੍ਹ, ਮੋਹਾਲੀ, ਕਰਾਲੀ ਤੋਂ ਲੈ ਕੇ ਆਪਣੇ ਕੁਝ ਫਤੇਗੜ ਸਾਹਿਬ ਦੇ ਇਲਾਕੇ, ਪਟਿਆਲੇ ਦੇ ਹਿੱਸੇ ਹੋਗੇ ਇਨ੍ਹਾਂ ਭਾਗਾਂ ਵਿੱਚ ਵੀ ਥੋੜੀ-ਬਹੁਤ ਬੱਦਲਵਾਈ ਹੈ ਜਿਹੜੀ ਪਹਾੜੀ ਖੇਤਰਾਂ ਤੋਂ ਐਂਟਰ ਹੋ ਰਹੀ ਹੈ ਤੇ ਉਹਦੇ ਚੱਲ ਦੇ ਇੱਕ ਦੋ ਖੇਤਰਾਂ ਵਿੱਚ ਹੋ ਸਕਦਾ ਹਲਕੀ-ਫੁਲਕੀ ਕਿੰਮਣ ਹੋ ਸਕਦੀ ਹੈ ਪਰ ਕੋਈ ਜ਼ਿਆਦਾ ਮੀਂਹ ਦੇ आसार ਨਹੀਂ ਹਨ। ਬਾਕੀ ਹਿੱਸਿਆਂ ਵਿੱਚ ਮੌਸਮ ਠੀਕ-ਠਾਕ ਹੈ। ਧੁੱਪ ਦਾ ਮਾਹੌਲ ਰਹੇਗਾ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਮੀਂਹ ਵਰਗੇ ਹਾਲਾਤ ਲਗਭਗ ਨਾ ਮਾਤਰੀ ਨੇ। ਸੋ ਇਸ ਵੇਲੇ ਜੇਕਰ ਆਪਾਂ ਹਵਾਵਾਂ ਦੇਖੀਏ ਵੀ ਹਵਾਵਾਂ ਦਾ ਕੀ ਫਲੋ ਅੱਜ ਦਾ ਹਵਾਵਾਂ ਦਾ ਜਿਹੜਾ ਹਲਕਾ ਫੁਲਕਾ ਪ੍ਰਭਾਵ ਹੈ ਪੂਰਬ ਦਿਸ਼ਾ ਤੋਂ ਰਹੇਗਾ ਕੋਈ ਖਾਸ ਤੇਜ਼ ਹਵਾਵਾਂ ਨਹੀਂ ਹੋਣਗੀਆਂ ਹਲਕੇ ਫੁਲਕੇ ਰਫਤਾਰ ਦੇ ਹੋਣਗੀਆਂ ਜਿਹੜੀਆਂ ਕਿ ਦੁਪਹਿਰ ਤੋਂ ਬਾਅਦ ਇਹਨਾਂ ਨੂੰ ਠੱਲ ਪਵੇਗੀ ਉਸ ਤੋਂ ਬਾਅਦ ਹੁਣ ਅਗਲੀ ਇੱਕ ਥੋੜੀ ਜਿਹੀ ਚੰਗੀ ਗੱਲ ਇਹ ਕਹਿ ਸਕਦਾ ਹੈ ਕਿ ਜਿਹੜੀ ਅਰਬ ਸਾਗਰ ਤੋਂ ਨਵੀਂ ਵਾਲੀਆਂ ਹਵਾਵਾਂ ਜਿਹੜੀਆਂ ਇਸ ਵੇਲੇ ਮੱਧ ਪਾਰਤ ਦੇ ਇਸ ਤਰ੍ਹਾਂ ਚੱਲ ਰਹੀਆਂ ਸਨ ਜਿਦੇ ਚੱਲਦੇ ਪੂਰਾ ਹੀ ਜਿਹੜਾ ਸੈਂਟਰ ਇੰਡੀਆ ਇਸ ਇਲਾਕੇ ਦੇ ਵਿੱਚ ਚੰਗੀ ਭਰਮੀ ਬਰਸਾਤ ਹੋਈ ਹੈ ਗੁਜਰਾਤ ਦੇ ਹਿੱਸਿਆਂ ਵਿੱਚ ਹੜ ਵਰਗੇ ਹਾਲਾਤ ਪੈਦਾ ਹੋਏ ਹੋਏ ਨੇ ਪਿਛਲੇ ਲਗਭਗ 5-7 ਦਿਨਾਂ ਤੋਂ ਤੇ ਹੁਣ ਜਿਹੜੀਆਂ ਪੂਰਬੀ ਸੌਰੀ ਅਰਬ ਸਾਗਰ ਤੋਂ ਹਵਾਵਾਂ ਨੇ ਦੱਖਣੀ ਹਵਾਵਾਂ ਹੋਣਗੀਆਂ ਇਹ ਇਸ ਤਰ੍ਹਾਂ ਗੁਜਰਾਤ ਰਾਜਸਥਾਨ ਤੋਂ ਹੁੰਦੀਆਂ ਹੋਈਆਂ ਪੰਜਾਬ ਹਰਿਆਣਾ ਤੱਕ ਪਹੁੰਚਣੀਆਂ ਸ਼ੁਰੂ ਹੋ ਜਾਣਗੀਆਂ ਸੋ ਇਹਨਾਂ ਦਾ ਸਿੱਧਾ ਮਤਲਬ ਇਹ ਹੈ ਕਿ ਜਿਹੜੀ ਅਰਬ ਸਾਗਰ ਤੋਂ ਨਮੀ ਆਵੇਗੀ ਇਹਨਾਂ ਹਵਾਵਾਂ ਦੇ ਨਾਲ ਉਹ ਪੰਜਾਬ ਦੇ ਆਸ-ਪਾਸ ਦੇ ਖੇਤਰਾਂ ਵਿੱਚ ਇਕੱਠੀ ਹੋਣੀ ਸ਼ੁਰੂ ਹੋਵੇਗੀ ਤੇ ਜਿਹਦੇ ਨਾਲ ਪੰਜਾਬ ਦਾ ਮੌਸਮ ਆਪਾਂ ਨੂੰ ਅਗਸਤ ਦੇ ਪਹਿਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਚੰਗੀਆਂ ਤਕੜੀਆਂ ਕੁਝ ਖੇਤਰਾਂ ਵਿੱਚ ਕਾਰਵਾਈਆਂ ਲੈ ਕੇ ਆ ਸਕਦਾ ਹੈ ਹਾਲਾਂਕਿ ਜਿਹੜਾ ਮੀਂਹ ਦਾ ਦਾਇਰਾ ਬਹੁਤ ਵੱਡਾ ਨਾ ਹੋਣ ਦੀ ਕਰਕੇ ਹੋ ਸਕਦਾ ਹੈ ਕਿ ਪੰਜਾਬ ਦੇ ਕੁਝ ਖੇਤਰਾਂ ਵਿੱਚ ਇੱਕ ਤੋਂ ਲੈ ਕੇ 3-4 ਅਗਸਤ ਤੱਕ ਟੋਟਮੇ ਰੂਪ ਵਿੱਚ ਮੀਂਹ ਦੀਆਂ ਗਤੀਵਿਧੀਆਂ ਹੋਣਗੀਆਂ ਜਿਦੇ ਨਾਲ ਪੰਜਾਬ ਦੇ ਲਗਭਗ 80 ਤੋਂ 90% ਇਲਾਕੇ ਕਵਰ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਬਾਕੀ ਇਹ ਸਾਰਾ ਕੁਝ ਹਵਾਵਾਂ ਤੇ ਨਿਰਭਰ ਹੈ ਕਿ ਇਹਨਾਂ ਹਵਾਵਾਂ ਨਾਲ ਕਿੰਨੀ ਕੋ ਨਮੀ ਇਕੱਠੀ ਹੁੰਦੀ ਹੈ ਪੰਜਾਬ ਵਿੱਚ ਕਿੰਨਾ ਕਿਹੜਾ ਬੱਦਲਾਂ ਦਾ ਗਤੀਵਿਧੀਆਂ ਉਹ ਸ਼ੁਰੂ ਹੋਣਗੇ ਕਿਉਂਕਿ ਜਿੰਨੀ ਜ਼ਿਆਦਾ ਨਮੀ ਬਣੇਗੀ ਉੰਨੇ ਜ਼ਿਆਦਾ ਬੱਦਲ ਬਣਨਗੇ ਤੇ ਮੀਂਹ ਦੀਆਂ ਸੰਭਾਵਨਾ ਉੰਨੀ ਹੀ ਜ਼ਿਆਦਾ ਵਧਣਗੀਆਂ। ਤੇ ਬਾਕੀ ਫਿਲਹਾਲ ਅੱਜ 30 ਜੂਨ ਨੂੰ ਮੌਸਮ ਠੀਕ ਠਾਕ ਹੈ 20-30% ਚਾਂਸ ਹੈ ਹੋਣਗੇ ਕਿ ਛੋਟੇ-ਮੋਟੇ ਬੱਦਲ ਦੁਪਹਿਰ ਤੋਂ ਸ਼ਾਮ ਦਰਮਿਆਨ ਬਣਨਗੇ ਜਿਹੜੇ ਕਿ ਜਿਵੇਂ ਕਿ ਪਿਛਲੇ ਵੀ ਦਿਨਾਂ ਵਿੱਚ ਦੇਖਣ ਨੂੰ ਮਿਲਿਆ ਕਿ ਛੋਟੇ-ਮੋਟੀਆਂ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਉਸੇ ਤਰ੍ਹਾਂ ਦੀਆਂ ਹਲਕੀਆਂ ਛੋਟੀਆਂ-ਮੋਟੀਆਂ ਕਾਰਵਾਈਆਂ ਅੱਜ ਵੀ ਹੋਣਗੀਆਂ ਜਿਹੜੀਆਂ ਕਿ ਜ਼ਿਲ੍ਹੇ ਦੇ ਕੁਝ 2-4 ਹਿੱਸਿਆਂ ਵਿੱਚ ਮੀਂਹ ਪਿਆ ਗਿਆ ਬਾਕੀ ਹਿੱਸੇ ਖੁਸ਼ਕ ਰਹਿਗੇ ਸੋ ਜਿਹੀਆਂ ਹਲਕੀਆਂ ਫੁਟਕੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਆਪਾਂ ਨੂੰ ਪੈਚੀ ਰੂਪ ਵਿੱਚ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਜੇਕਰ ਕੋਈ ਮੌਸਮ ਦੇ ਵਿੱਚ ਵੱਡੀ ਹਲਚਲ ਹੋਣ ਦੀ ਸੰਭਾਵਨਾ ਦੁਪਹਿਰ ਸ਼ਾਮ ਨੂੰ ਬਣਦੀ ਹੈ ਤਾਂ ਉਸ ਦੀ ਅਪਡੇਟ ਤੁਹਾਨੂੰ ਵੱਖਰੇ ਤੌਰ ਤੇ ਸਾਂਝੀ ਕਰ ਦਿੱਤੀ ਜਾਵੇਗੀ